ਜੈਂਦ ਬਹਿ ਜਾ ਇੱਥੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਹ ਮੇਰਾ ਫਰਾਕ ਦਾ ਤਜਰਬਾ ਮੇਰਾ ਕਹਿੰਦਾ ਜੀ ਆ ਬਾਹਲੀ ਇੱਜ਼ਤ ਜੀ ਵੀ ਮਾਸਟਰਾਂ ਨੂੰ ਚੰਗੀ ਨਹੀਂ ਹੁੰਦੀ ਜੀ, ਸਿਰ ਚੜ ਜਾਂਦੇ ਜੀ, ਫਿਰ ਮੈਂ ਤਾਂ ਆਪਦੇ ਸਪੀਰੀ ਨਾਲ ਬਹੀ ਜਾਂਦਾ ਜੀ। ਤੈਨੂੰ ਤਾਂ ਸਿਖਾ ਦੂੰ ਕੋਈ ਨੀ ਮੈਂ ਇੱਜ਼ਤ ਕਰਨੀ। ਠੀਕ ਹੈ ਜੀ, ਠੀਕ। ਚਲੋ ਤੁਹਾਡੀ ਅਟੈਂਡੈਂਸ ਲਾਉਂਦੇ ਹਾਂ। ਲਾ ਲਓ ਜੀ, 2.5 ਦਾ ਟੋਟਰੂ ਆ ਜੀ। ਰੋਲ ਨੰਬਰ 1। ਹਾਜ਼ਰੀ ਬੈਠੇ ਜੀ। ਆ ਕੀ ਸੀ ਓਏ? ਹਾਜ਼ਰੀ ਜੀ। ਰੋਲ ਨੰਬਰ 2। ਮੈਂ ਕਹਿੰਦੇ ਮਿਊਜ਼ੀਕਲ ਤੁਸੀਂ ਇਦੋਂ ਪਹਿਲਾਂ ਅਟੈਂਡੈਂਸ ਲਾਈ ਹੈ ਜੀ? ਨਹੀਂ ਨਹੀਂ, ਚਲ ਅੱਜ ਸੁਣ ਲੈਨੇ ਆ। ਮੂਰਤੀ ਦੇਖੋ ਜੀ ਇੱਧਰ ਦੀ। ਮੇਰਾ ਰੋਲ ਨੰਬਰ ਹੈ 2। ਮੇਰਾ ਰੋਲ ਨੰਬਰ ਹੈ 2। ਮੈਨੂੰ ਸਕੂਲ ਨਾਲ ਪੜਾ ਹੈ ਮਾਂ ਜੀ, ਮੇਰੀ ਲਾ ਦੋ ਹਾਜ਼ਰੀ। ਬਾਕੀ ਅੱਜ ਗੈਰਾਜ਼ਰੀ ਬਦਤਮੀਜ਼ ਜੇ। ਰੋਲ ਨੰਬਰ 3। ਜੈ ਮਾਤਾ ਦੀ। ਚੁੱਪ, ਭੇਜਾਂ ਜਗਰਾਤੇ ਤੇ ਤੁਹਾਨੂੰ। ਰੋਲ ਨੰਬਰ 4। ਮੇਰਾ ਰੋਲ ਨੰਬਰ ਹੈ 4। ਮੇਰਾ ਰੋਲ ਨੰਬਰ ਹੈ 4। ਮਾਸਟਰ ਜੀ 1 2 3 4 ਤੇ ਮੈਂ ਬੈਠਾ ਹਾਂ ਤੁਹਾਡੇ ਦੁਆਰ, ਮੇਰੀ ਦਾ ਦੋ ਹਾਜ਼ਰੀ। ਬਦਤਮੀਜ਼ ਜੇ। ਰੋਲ ਨੰਬਰ 5। ਮਾਸਟਰ ਜੀ ਫਾਸਟ ਫਾਰਵਰਡ ਕਰਕੇ 10 ਤੇ ਪਹੁੰਚੋ ਜੀ। 5 6 7 8 9 10। ਓ ਮੇਰਾ ਰੋਲ ਨੰਬਰ ਹੈ 10। ਹਜੇ ਮਾਸਟਰ ਜੀ ਇੱਥੇ ਨਹੀਂ ਹੋਈ ਬਸ, ਮੇਰੀ ਲਾ ਦੋ ਹਾਜ਼ਰੀ। ਬਾਕੀ ਅੱਜ ਗੈਰਾਜ਼ਰੀ ਗੈਰਾਜ਼ਰੀ। ਮੈਂ ਤਾਂ ਕਰ ਦੂੰ ਸਿੱਧੇ। ਚਲੋ ਅਟੈਂਡੈਂਸ ਤਾਂ ਬਹੁਤ ਹੋ ਗਈ, ਪਹਿਲਾਂ ਆਪ ਤਾਂ ਸਿੱਧੇ ਤੁਰਦੇ ਨਹੀਂ, ਸਾਨੂੰ ਕਿੱਥੇ ਕਰ ਦੋਗੇ? ਸੀਗੀ ਡੰਬ ਖੜਬੇ ਕਿਵੇਂ ਬੈਠੇ ਆ? ਇਹ 5ਵੀਂ ਚੋਂ ਹੀ 4 ਵਾਰੀ ਫੇਲ ਹੋ ਗਏ ਤੇ ਐਤਕੀ ਸਾਡਾ ਸਾਰਿਆਂ ਦਾ 5ਵੀਂ ਦੇ ਵਿੱਚ ਸ਼ਾਨਦਾਰ ਪੰਜਵਾਂ ਸਾਲ। ਬਦਤਮੀਜ਼ ਜੇ। ਉਹ ਫਿਰ ਖੁਸ਼ੀ ਜੀ ਚੜ ਜਾਂਦੀ ਹੈ ਨਾ ਮਾਸਟਰ ਜੀ, ਚੜਾਉਣੇ ਖੁਸ਼ੀਆਂ। ਖੜ ਜਾ ਖੜ ਜਾ। ਚਲੋ ਪਹਿਲਾਂ ਆਪਾਂ ਇਹਨਾਂ ਇੰਟੈਲੀਜੈਂਸੀ ਚੈੱਕ ਕਰ ਲਈਏ ਸਭ ਤੋਂ ਪਹਿਲਾਂ। ਹਾਂਜੀ, ਬਹੁਤ ਇੰਟੈਲੀਜੈਂਟ ਬੱਚੇ ਆ ਜੀ। ਚਲੋ ਸਭ ਤੋਂ ਪਹਿਲਾ ਸਵਾਲ ਹੋਈ ਇਹ ਦੱਸੋ, ਆਪਣੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? ਜਿਹਨੂੰ ਜਿਹਨੂੰ ਆਉਂਦਾ ਹੱਥ ਖੜੇ ਕਰੋ। ਵੈਰੀ ਗੁੱਡ ਮੁੰਡਿਆ, ਦੱਸ ਫਿਰ। ਮੈਂ ਕਿਹਾ ਜੀ ਥੋੜੀ ਕਾਹਲੀ ਕਰ ਗਿਆ, ਜੇ ਦੂਜਾ ਹੱਥ ਤਾਂ ਦੇਖੇ ਨਹੀਂ, ਮਤਲਬ ਜੀ ਮੇਰੇ ਤਾਂ ਦੋਨੇ ਹੱਥ ਖੜਿਆ, ਮੈਨੂੰ ਨਹੀਂ ਪਤਾ ਜੀ ਇਹਨਾਂ ਨੂੰ ਪੁੱਛ ਲਓ। ਮਾਸਟਰ ਦਾ ਪੋਗਲਾ। ਬਹਿ ਜਾ ਬਹਿ ਜਾ, ਹਾਂ ਗਲੋਟੂ ਆ ਜਾ, ਹੁਣ ਤੂੰ ਖੜੋ। ਨਹੀਂ ਹੋ ਜਾਂਦੇ ਜੀ ਹਥਿਆਰ ਬੱਚੇ ਜੀ। ਪੇਟ ਦਾ ਕਹਿੰਦੇ ਨੇ, ਇਹਦਾ ਮੁੱਖ ਕੰਮ ਕੀ ਆ? ਮੁੱਖ ਕੰਮ ਜੀ ਮੇਰੇ ਤਾਂ ਹੀ ਨਾ ਬੰਨਣ ਦੀ ਆਉਂਦਾ। ਸਰੀਰਕ ਸਿੱਖਿਆ ਬਾਰੇ ਗੱਲ ਕਰਦੇ। ਹੈਲੋ, ਸਰੀਰਕ ਸਿੱਖਿਆ ਇੱਕ ਵਿਸ਼ਾ ਹੁੰਦਾ? ਅੱਛਾ ਜੀ, ਤੂੰ ਦੱਸ ਬਈ ਸਰੀਰਕ ਸਿੱਖਿਆ ਆਪਾਂ ਨੂੰ ਕੀ ਕਹਿੰਦੀ? ਇਹ ਜੀ ਮੈਨੂੰ ਜੀ ਇਹ ਤਾਂ ਪੰਮਾ ਕਹਿੰਦੇ ਜੀ, ਘਰ ਦੇ ਤਾਂ ਨਿਕੰਮਾ ਕਹਿੰਦੇ, ਸਰੀਰਕ ਸਿੱਖਿਆ ਤਾਂ ਨੀ ਕੁਛ ਕਹਿੰਦੀ ਜੀ। ਚਲ ਮੈਂ ਦੱਸਦਾ, ਸਰੀਰਕ ਸਿੱਖਿਆ ਕਹਿੰਦੀ ਆਪਾਂ ਨੂੰ ਹਰ ਰੋਜ਼ ਭੱਜਣਾ ਚਾਹੀਦਾ। ਨਹੀਂ ਮਾਸਟਰ ਜੀ, ਹਰ ਰੋਜ਼ ਦੀ ਗੱਲ ਛੱਡੋ, ਆਪਾਂ ਜੇ 5-6 ਮਹੀਨੇ ਭੱਜ ਗਏ ਤਾਂ ਵੀ ਨੁਕਸਾਨ ਆ ਜੀ। ਉਹ ਮੈਂ ਨਹੀਂ ਕਹਿੰਦਾ ਯਾਰ, ਇਹ ਸਰੀਰਕ ਸਿੱਖਿਆ ਕਹਿੰਦੀ ਆ। ਨਹੀਂ ਤੁਹਾਨੂੰ ਮੇਰਾ ਪਰਸਨਲ ਐਕਸਪੀਰੀਅੰਸ ਕਹਿੰਦੇ ਜੀ, ਭੱਜਣ ਦਾ ਨੁਕਸਾਨ ਹੀ ਬਾਹਲੇ ਆ ਜੀ। ਕਿਵੇਂ ਦੱਸ? ਹੁਣ ਦੇਖ ਲਓ, ਮੈਂ ਜੰਨੇ ਵਾਰੀ ਵੀ ਸਕੂਲ ਚੋਂ ਭੱਜੇ, ਮੇਰੇ ਗਿਆਨੀ ਮਾਸਟਰ ਨੇ ਐਸਾ ਫੈਂਟਾ ਚੜ੍ਹਿਆ, ਹਜੇ ਤਾਂ ਮਾਰ ਦੂ ਗਿਆ, ਤਾਂ ਹੀ ਮੇਰੇ ਵਿਦਿਆਰਥੀ ਨੂੰ ਆਹੀ ਬੇਨਤੀ, ਜ਼ਿਆਦਾ ਸਕੂਲ ਆਓ ਹੀ ਨਾ, ਜਾਂ ਕੋਈ ਅਰਜੈਂਟ ਛੁੱਟੀ ਲੈ ਗਏ, ਆਉਂਦੇ ਦਾ ਕੋਈ ਫਾਇਦਾ ਹੈ ਹੀ ਨਹੀਂ ਮੁੰਡਿਆ। ਆਵੀ ਸੁਣਾਵਾ ਜੀ, ਇੱਕ ਵਾਰ ਆ ਜਾ ਆ ਜਾ ਆ ਜਾ ਆ ਜਾ ਕਰ, ਆਵੀ ਆਉਂਦਾ ਉਹ ਮੁੰਡੇ ਕਹਿੰਦੇ ਬਸ ਕਰ ਬਸ ਕਰ, ਉਹ ਬਹਿ ਜਾ ਬਹਿ ਜਾ, ਆਵੀ ਆਉਂਦਾ ਉਹ ਬਹਿ ਜਾ ਹੋ ਗਈ ਕਿਤੇ ਚੱਜ ਦੇ। ਮਾਫ ਕਰੇ ਜੀ, ਲੇਟ ਹੋ। ਹਾਂਜੀ ਆ ਜਾ ਜੀ, ਗੱਲ ਛੱਡੋ ਜੀ।
ਮਾਟਰੀ ਯਾਦ ਆਈ, ਬਾਹਲੀ ਚੰਗੀ ਗੱਲ ਕਰੀ ਜੀ ਤੁਸੀਂ। ਤੁਹਾਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਬੱਚਾ ਥੱਕਿਆ ਹੋਇਆ, ਦੁਪਹਿਰੇ ਆਇਆ ਧੁੱਪੇ ਲੇਟ ਜੀ। ਹੁਣੀ ਲੇਟ ਜਾਂਦੇ ਜੀ ਆਪਾਂ ਨੂੰ ਕੀ ਹੈ ਜੀ, ਲੇਟ ਹੀ ਕਹਿੰਦੇ ਜੀ ਨਿਆਣਾ ਹੀ ਆ ਗਿਆ। ਮੈਂ ਕਹਿੰਦਾ ਠੋਲੂ ਗਵਾਚ ਗਿਆ, ਮੈਂ ਤਾਂ ਨੀ ਆਇਆ। ਠੋਲੂ ਗਵਾਚ ਗਿਆ, ਸਕੂਲ ਤਾਂ ਆਉਣਾ ਸੀ। ਆਉਣਾ ਤਾਂ ਸੀਗਾ ਜੀ, ਫਿਰ ਮੈਂ ਸੋਚਿਆ ਜੀ ਫਿਰ ਠੋਲੂ ਪਹਾੜੀ ਨਾ, ਫਿਰ ਮੈਂ ਰੂੜੀਆਂ ਰਾੜੀਆਂ ਤੇ ਭਾਲੇ ਪਿੰਡ ਦੇ ਰਾਹਾਂ ਤੇ, ਪਰ ਮੈਨੂੰ ਮਿਲਿਆ ਨੀ ਜੀ। ਫਿਰ ਮੈਂ ਅੱਕ ਕੇ ਘਰੇ ਜਾ ਉੜ, ਮੈਂ ਕਿਹਾ ਹੁਣ ਤਾਂ ਸਕੂਲ ਜਾਂਦਾ ਕੀ ਫਾਇਦਾ। ਉਹਨੂੰ ਪੁੱਛ ਕਹਿੰਦਾ ਉਹ ਜੁੜੀ ਵਾਲਾ, ਉਹ ਵੀ ਨੀ ਆਇਆ ਜੀ। ਪਿਆ ਪਿਆ ਉਹ ਖੜਾ ਮੁੰਡਿਆ ਖੜਾ, ਇੱਧਰ ਗੱਲ ਕਰ, ਕੱਲ ਨੀ ਆਇਆ ਯਾਦ ਜੀ? ਨੀ ਚੰਗੀ ਤਰ੍ਹਾਂ ਦਾ ਜੀ ਕਰਾਵਾਂ, ਯਾਦ ਆਜੂਗਾ। ਆ ਗਿਆ ਯਾਦ ਜੀ, ਗੱਲ ਅਸਲ ਹੋਈ ਜੀ। ਆਏ ਜੀ ਇਹਦਾ ਗਵਾਚ ਗਿਆ ਜੀ ਪੰਜਾਂ ਦਾ ਠੋਲੂ, ਮੈਂ ਉੱਤੇ ਧਰ ਲਿਆ ਜੀ ਪੈਰ। ਅੱਛਾ ਜੇ ਜੀ ਇਹ ਜਾਵੇ ਤੇ ਮੈਂ ਜੀ ਚੱਕਾਂ, ਇਹ ਗਿਆਨੀ ਤੇ ਜੀ ਮੈਂ ਚੱਕਿਆ ਨੀ ਇਹਨੂੰ ਕਦੇ। ਇਹ ਦੰਦ ਕੱਢੀ ਜਾਂਦਾ, ਇਹਨੂੰ ਵੀ ਪੁੱਛੋ ਕਿਉਂ ਨੀ ਆ। ਮੈਡਮ ਮੈਡਮ ਪੁੱਛ ਰਿਹਾ, ਖੜਾ 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 ਹੋ ਖੜਾ ਬੋਲ ਜੀ, ਤੂੰ ਦੱਸ ਕਿਉਂ ਨੀ ਆ ਗੱਲ? ਮੈਂ ਕੱਲ ਆਏ ਨੀ ਜੀ। ਦੱਸ ਦਾਂਗੇ, ਪੁੱਛਦਾ। ਮੈਂ ਪੁੱਛ ਹੀ ਰਿਹਾ ਜੀ, ਮੈਂ ਕਿੱਧਰ ਲੰਘ ਘਰੋਂ ਤਾਂ ਮੈਂ ਤੁਰ ਪਿਆ ਸੀਗਾ ਯਾਰ। ਹਾਂਜੀ ਠੋਲੂ ਗਮਾਚ ਗਿਆ ਤਾਂ ਨੀ ਆਇਆ ਜੀ ਮੈਂ। ਓਏ ਠੋਲੂ ਇਹਦਾ ਗਮਾਚਿਆ, ਪੈਰ ਉਹਨੇ ਰੱਖਿਆ 5 ਰੁਪਏ, ਠੋਲੂ ਕੌਮੀ ਮੁੱਦੇ ਬਣਾ ਛੱਡਿਆ। ਉਹ ਗੱਲ ਐ ਵਿੱਚ ਤੁਹਾਡੇ ਪੈਰ ਧਰ, ਮੈਂ ਪੈਰ ਧਰਦੇ ਨੂੰ ਦੇਖ ਲਿਆ ਜੀ। ਅੱਛਾ ਮੈਂ ਇਹਦੇ ਕੰਨ ਚ ਗਏ ਤਾਂ ਜਾਂ ਤਾਂ ਅੱਧੋ ਅੱਧ ਕਰਾਂਗੇ, ਨਹੀਂ ਇਹਨੂੰ ਦੱਸੂਗਾ ਜੀ। ਇਹ ਨਾਲ ਦੀ ਨਾ ਮੰਨ ਗਏ, ਹੁਣ ਤੁਸੀਂ ਆਪ ਹੀ ਸਿਆਣੇ, ਇੱਕ ਦਿਨ ਸਰਕਾਰੀ ਸਕੂਲ ਦੀ ਪੜ੍ਹਾਈ ਵਿੱਚ 2.5 ਰੁਪਏ ਦੇ ਛੱਡੇ ਜਾ ਸਕਦੇ ਹਨਾ ਵੀ ਮੁੰਡੇ ਆਪਾਂ ਲੈ ਲਿਆ ਜੀ। ਮੂਲੀ ਵਾਲਾ ਬੱਤਾ ਪੀਤਾ ਕਰਕਰੇ ਖਾਤੇ ਹਾਏ ਹਾਏ ਯਾਰ, ਚਾਹ ਬਣਵਾ ਦੇ ਜੀ। ਚਾਹ ਫੇਰ ਹੀ ਪੀਨੇ, ਇੰਟੈਲੀਜੈਂਸੀ ਦਾ ਆਪਾਂ ਚੱਕਾ ਰਹੀ ਲਈ ਠੀਕ ਠਾਕ ਹੀ ਆ। ਚਲੋ ਹੁਣ ਆਪਾਂ ਇਹਨਾਂ ਦੇ ਟੀਚੇ ਬਾਰੇ ਗੱਲ ਕਰ ਲਈਏ। ਬਹੁਤ ਉੱਚੇ ਟੀਚੇ ਆ ਜੀ, ਪੁੱਛੋ ਤਾਂ ਸਹੀ ਇਹਨਾਂ ਤੋਂ। ਚੱਲ ਪਿਆ ਪਤਾ ਪੜੇ। ਹਾਂ ਵੀ ਮੁੰਡਾ ਤੂੰ ਖੜਾ ਹੋ, ਹੁਣ ਤੂੰ ਖੜਾ ਹੋ ਕਹਿੰਦੇ, ਤੂੰ ਦੱਸ ਵੱਡਾ ਕੀ ਬਣ? ਮੈਂ ਪਿਆਰ ਜਾਣਾ ਵਧਾ ਲੈ ਕੋਲੇ ਆ ਗਈ। ਆਇਆ ਆਇਆ ਵਧਾ ਲੈਨੇ। ਸਤਿ ਸ੍ਰੀ ਅਕਾਲ ਜੀ, ਤੂੰ ਤਾਂ ਕਹਿੰਦਾ ਦੱਸ 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 ਕੀ ਬਣ? ਜੇ ਤਾਂ ਮੈਂ ਪੜ੍ਹ ਗਿਆ ਬਾਲਾ ਹੋਣਾ ਜੀ, ਹਾਂ ਫੇਰ ਤਾਂ ਮੈਂ ਲੱਗੂਗਾ ਜੀ DC। ਓ ਆ ਬੋਲਿਆ, ਪਰਚੀਆਂ ਬਣਾ ਕੇ ਮਾਸਟਰ ਦਾ ਮੈਂ ਬਣ ਹੀ ਜਾਣਾ। ਚਲੋ ਹੁਣ ਥੋੜੇ ਟੀਚੇ ਦਾ ਦੇਸੀ ਗਏ ਕਿੱਡੇ ਉੱਚੇ ਆ ਗਏ। ਚਲ ਤੁਹਾਡੇ ਸਾਰਿਆਂ ਨੂੰ ਸਿੰਪਲ ਜਿਹਾ ਤੇ ਸੌਖਾ ਜਿਹਾ ਸਵਾਲ ਪੁੱਛਦੇ ਆ। ਤੁਸੀਂ ਇਹ ਦੱਸੋ ਬਈ ਪੰਜਾਬ ਦੀ ਰਾਜਧਾਨੀ ਕਿਹੜੀ ਆ? ਜਿਹਨੂੰ ਜਿਹਨੂੰ ਆਉਂਦਾ ਹੱਥ ਖੜੇ ਕਰੋ। ਇਹ ਕੀ ਬਸ ਕਰੀ ਕਿਉਂ ਗੁੜਦੇ ਹੋ? 20 ਕਿਲੋਮੀਟਰ ਹੈਗਾ ਚੰਡੀਗੜ੍ਹ ਜਾ ਕੇ। ਮਾਸਟਰੀ ਗਰਭ ਹੋ ਗਏ ਲਾਗ ਤੁਸੀਂ ਜੀ, ਤੁਹਾਡਾ ਦਿਮਾਗ ਆਪਾਂ ਠੰਡਾ ਕਰਨ, ਤੁਹਾਡਾ ਐਂਟਰਟੇਨਮੈਂਟ ਕਰ ਦਈਏ। ਆਹ ਮੁੰਡਾ ਗਾਣਾ ਬਹੁਤ ਵਧੀਆ ਗਾਉਂਦੇ, ਸੁਣ ਕੇ ਦੇਖੋ। ਗਾਉਂਦੇ ਕਾਲੇ ਟਾਈਮ ਪਾਸ ਜੇ ਸੋਏ ਬਤਮੀ ਬੱਚੇ ਆ, ਬਤਮੀ ਬੱਚੇ ਜੇ ਸੋਏ ਉਸ ਦੇ ਇਹਨਾਂ ਦੇ ਸੁਣੀ ਗਾਣੇ ਫਰਮਾਇਸ਼ ਕਰੋ ਤੁਸੀਂ ਮਾੜੀ। ਮੈਂ ਕਿਹੜਾ ਸੁਣਨਾ ਜੀ, ਮੈਂ ਮਾੜਾ ਜਵਾਨ ਹੋ ਗਈ।
ਚੱਲ ਤੂੰ ਜਿਹੜਾ ਮਰਜ਼ੀ ਸੁਣਾ ਦੇ। ਆਏ ਮੈਨੂੰ ਤਾਂ ਸਾਰੇ ਹੀ ਆਉਂਦੇ, ਮੈਂ ਤਾਂ ਕੋਈ ਵੀ ਸੁਣਾ ਸਕਦਾ, ਤੁਸੀਂ ਇਹ ਦੱਸੋ ਜੀ। ਚੱਲ ਬੱਬੂ ਮਾਨ ਦਾ ਸੁਣਾ। ਆਏ ਹਾਏ ਬੱਬੂ ਮਾਨ ਦੇ ਫੈਨ ਜੀ, ਅੰਦਰੋਂ ਗੱਲ ਦਾ ਹੈ। ਸੁਣਾ ਸੁਣਾ। ਹੋ ਪਹਿਲੇ ਪੈਰ ਨੂੰ ਚੱਲ ਚੱਲ ਜਾਂਦਾ, ਹੋ ਪਿਛਲੇ ਪੈਰ ਨੂੰ ਤਾਰੇ ਓਟੀ ਓਏ ਓਟੀ ਓਏ ਬਣਾ ਕੇ ਬਾਸੂੜਿਓ ਮੱਝ ਚੱਲੀ ਅਸੀਂ।